ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਨੂੰ ਅੱਜ ਅਮਰਸਰ 에য়ারਪੋਰਟ ਅਥਾਰਟੀ ਦੇ ਵੱਲੋਂ ਵਾਪਸੜਾ ਘਰ ਮੋੜ ਦਿੱਤਾ ਗਿਆ ਉਹ ਸਵੇਰੇ ਹੈ ਜਿਹੜਾ ਅਮਰਸਰ 에য়ারਪੋਰਟ ਤੇ ਪਹੁੰਚੇ ਸੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਦੋਹਾ ਕਾਤਰ ਵਿਖੇ ਜਿਹੜਾ ਜਾਣਾ ਸੀਗਾ ਪਰ ਉੱਥੋਂ 에য়ারਪੋਰਟ ਅਥਾਰਟੀ ਵੱਲੋਂ ਕਾਫੀ ਲੰਬਾ ਸਮਾਂ ਜਿਹੜਾ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਵਾਪਸ ਘਰ ਹੈ ਜਿਹੜਾ ਮੋੜ ਦਿੱਤਾ ਗਿਆ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ ਐਨਐਸਏ ਤਹਿਤ ਡਿਬਰੂਗੜ੍ਹ ਅਸਾਮ ਜੇਲ੍ਹ ਦੇ ਵਿੱਚ ਬੰਦ ਹੈ ਇਸ ਤੋਂ ਪਹਿਲਾਂ ਉਹਨਾਂ ਦੀ ਧਰਮ ਪਤਨੀ ਕਿਰਨ ਕੌਰ ਨੂੰ ਵੀ ਜਿਹੜਾ 에어ਪੋਰਟ ਅਥਾਰਟੀ ਨੇ ਵਾਪਸ ਘਰ ਭੇਜਿਆ ਸੀ ਉਹ ਵੀ ਵਿਦੇਸ਼ ਹੈ ਜਿਹੜਾ ਜਾਣਾ ਚਾਹੁੰਦੀ ਸੀ ਜਦੋਂ ਆ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਹੈ ਜਿਹੜਾ ਕੀਤਾ ਗਿਆ ਸੀ ਤਾਂ ਸਵੇਰੇ ਹੀ ਜਦੋਂ ਅਮਰਤਪਾਲ ਦੇ ਪਿਤਾ ਤਰਸੇਮ ਸਿੰਘ 에어ਪੋਰਟ ਅਥਾਰਟੀ ਵੱਲੋਂ ਵਾਪਸ ਭੇਜੀ ਜਾਂਦੇ ਐ ਅੰਮ੍ਰਿਤਸਰ 에어ਪੋਰਟ ਤੋਂ ਸਵੇਰੇ ਸਵੇਰੇ ਹੈ ਜਿਹੜੇ 에어ਪੋਰਟ ਤੇ ਪੁੱਜੇ ਸੀ ਦੱਸਿਆ ਜਾ ਰਿਹਾ ਹੈ ਕਿ ਦੋਹਾ ਕਤਰਸ ਸਥਾਨ ਤੇ ਜਿਹੜਾ ਉਹਨਾਂ ਨੇ ਜਾਣਾ ਸੀ